ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਹਰਿਆਣਾ ਪੁਲਿਸ ਬੇਰਹਿਮ ਹੋਈ ਆ। ਫੋਰਸ ਦੇ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ। ਇੱਕ ਪਾਸੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ, ਜਦੋਂ ਤੋਂ ਮੀਟਿੰਗ ਦਾ ਸੱਦਾ ਆ ਉਸ ਤੋਂ ਬਾਅਦ ਕਿਸਾਨਾਂ ਦੀ ਆਪਣੀ ਮੀਟਿੰਗ ਚੱਲ ਰਹੀ ਆ, ਅਤੇ ਦੂਜੇ ਪਾਸੇ ਪੁਲਿਸ ਲਗਾਤਾਰ ਗੋਲੇ ਦਾਗ ਰਹੀ ਆ ਸ਼ਾਂਤ ਬੈਠੇ ਕਿਸਾਨਾਂ 'ਤੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਬੈਠੇ ਨੇ ਇੱਧਰ ਖੇਤਾਂ ਦੇ ਵਿੱਚ, ਸੜਕ 'ਤੇ, ਹਰ ਥਾਂ 'ਤੇ ਕਿਸਾਨ ਸ਼ਾਂਤ ਬੈਠੇ ਨੇ। ਤਾਂ ਡਰੋਨ ਵੀ ਇੱਕ ਵਾਰ ਫਿਰ ਉਡਾਇਆ ਗਿਆ, ਤਾਂ ਇੱਕ ਵਾਰ ਫਿਰ ਡਰੋਨ ਪੰਜਾਬ ਦੀ ਹੱਦ ਦੇ ਵਿੱਚ, ਜਿਸ ਦਾ ਜ਼ਿਕਰ ਵਾਰ ਵਾਰ ਹੋ ਰਿਹਾ, ਡਰੋਨ ਇੱਕ ਵਾਰ ਫਿਰ ਜਾ ਰਿਹਾ ਪੰਜਾਬ ਦੀ ਹੱਦ ਦੇ ਵਿੱਚ। ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਫੋਰਸ ਦੇ ਵੱਲੋਂ, ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਡਰੋਨ ਵੀ ਗੋਲੇ ਸੁੱਟਦਾ ਹੋਇਆ। ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਸਿੱਟੇ ਜਾ ਰਹੇ ਨੇ। ਡਰੋਨ ਜਿਸ ਦਾ ਵਾਰ ਵਾਰ ਜ਼ਿਕਰ ਹੁੰਦਾ ਕਿ ਪੰਜਾਬ ਦੀ ਹੱਦ ਦੇ ਵਿੱਚ ਕਿਵੇਂ ਆ ਸਕਦਾ, ਜਦਕਿ ਪੰਜਾਬ ਪੁਲਿਸ ਉੱਥੇ ਤੈਨਾਤ ਆ। ਸਰਕਾਰ ਨੂੰ ਵੀ ਚਾਹੀਦਾ ਵੀ ਪੰਜਾਬ ਦੀ ਹੱਦ 'ਚ ਡਰੋਨ ਆ ਕੇ ਗੋਲੇ ਸਿੱਟ ਰਿਹਾ ਵਾ। ਇਹ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ। ਦੇਖੋ ਹੁਣ ਤੁਹਾਡੇ ਸਾਹਮਣੇ ਕਿੰਨੇ ਲਗਾਤਾਰ ਡਰੋਨ ਗੋਲੇ ਸਿੱਟਦਾ, ਅਥਰੂ ਗੈਸ ਦੇ ਗੋਲੇ ਐਕਸਪਾਇਰ ਸਿੱਟ ਰਹੇ ਨੇ ਇਹ। ਪਰ ਪੰਜਾਬੀ ਨੇ ਜਿਹੜੇ ਕਿਸਾਨ ਨੇ ਉਹ ਡਰਨ ਵਾਲੇ ਹੈ ਨੀਗੇ, ਉਹ ਮੋਰਚਾ ਫਤਿਹ ਕਰਕੇ ਹੀ ਮੁੜਨਗੇ। ਭਾਈ ਹੁਣ ਤਾਂ ਕਿਸਾਨ ਸ਼ਾਂਤਮਈ ਬੈਠੇ ਹੋਏ ਨੇ। ਉਹ ਵੀਰੇ ਇਹੀ ਤਾਂ ਗੱਲ ਆ ਨਾ, ਕਿਸਾਨ ਸਾਰੇ ਸ਼ਾਂਤਮਈ ਬੈਠੇ, ਜਿੰਨਾ ਚਿਕਰ ਹਜੇ ਸਾਡੇ ਕਿਸਾਨ ਆਗੂਆਂ ਦੀ ਕਾਲ ਨਹੀਂ ਆਉਂਦੀ ਉਨਾ ਚਿਕਰ ਸਾਰੇ ਕਿਸਾਨ ਸ਼ਾਂਤ ਬੈਠੇ ਆ। ਪਰ ਇਹਨਾਂ ਦਾ ਦੇਖ ਲਓ ਸੈਂਟਰ ਸਰਕਾਰ ਦਾ ਸ਼ਾਂਤ ਪਏ ਕਿਸਾਨਾਂ ਦੇ ਉੱਤੇ, ਕਿਵੇਂ ਅਥਰੂ ਗੈਸ ਦੇ ਗੋਲੇ ਸਿੱਟਦੇ ਆ, ਡਰੋਨ ਗੋਲੇ ਸਿੱਟ ਕੇ ਜਾਂਦਾ। ਇਹ ਬਹੁਤ ਗਲਤ ਨੀਤੀਆਂ ਅਪਣਾ ਰਹੇ ਨੇ ਇਹ। ਕੋਈ ਗੱਲ ਨਹੀਂ, ਕਿਸਾਨ ਇਹਦਾ ਵੀ ਜਵਾਬ ਦੇਣਗੇ ਇਹਨਾਂ ਨੂੰ। ਹਾਂ ਬਾਈ, ਇੱਕ ਵਾਰ ਤੁਸੀਂ ਫਿਰ ਸ਼ਾਂਤ ਬੈਠੇ ਸੀ, ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ, ਤਾਂ ਲਗਾਤਾਰ ਉਧਰੋਂ ਆ ਕੇ ਉਹ ਗੋਲੇ ਸੁੱਟ ਰਹੇ ਨੇ, ਕੀ ਕਹਿਣਾ ਚਾਹੋਗੇ? ਵੀਰੇ ਇਹ ਬਹੁਤ ਧੱਕਾ ਕਰ ਰਹੇ ਨੇ ਜਿਹੜੇ ਉਧਰੋਂ ਗੋਲੇ ਸੁੱਟ ਰਹੇ ਨੇ, ਕਿਉਂਕਿ ਇੱਧਰ ਕਿਸਾਨ ਤਾਂ ਬਿਲਕੁਲ ਸ਼ਾਂਤ ਬੈਠੇ ਨੇ, ਕੋਈ ਜਵਾਬੀ ਫਾਇਰਿੰਗ ਨਹੀਂ, ਕੋਈ ਕੁਛ ਨਹੀਂ। ਇਹਨਾਂ ਨੂੰ ਪਤਾ ਨਹੀਂ 10-15 ਮਿੰਟਾਂ ਬਾਅਦ ਫਿਰ ਚੱਕ ਕੇ ਗੋਲੇ ਸਿੱਟਣ ਲੱਗ ਜਾਂਦੇ ਨੇ ਉਧਰ। ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਹਰ ਅੱਧੇ ਦੇ ਘੰਟੇ ਬਾਅਦ ਪੁਲਿਸ ਲਗਾਤਾਰ ਗੋਲੇ ਸੁੱਟ ਰਹੀ ਆ। ਲਗਾਤਾਰ 15-20 ਗੋਲੇ ਸੁੱਟੇ ਜਾਂਦੇ ਨੇ, ਫਿਰ ਸ਼ਾਂਤ ਹੋ ਜਾਂਦੇ ਨੇ, ਜਦਕਿ ਹਾਲੇ ਤੱਕ ਇੱਕ ਵੀ ਐਕਟੀਵਿਟੀ ਕਿਸਾਨਾਂ ਦੇ ਵੱਲੋਂ ਇਹੋ ਜਿਹੀ ਨਹੀਂ ਹੋਈ ਕਿ ਉਹ ਬੈਰੀਕੇਡਾਂ ਵੱਲ ਵਧਣ। ਹਾਲਾਂਕਿ ਅੱਜ ਸਵੇਰੇ 11 ਵਜੇ ਅੱਗੇ ਵਧਣ ਦੀ ਦਿੱਲੀ ਕੂਚ ਦੀ ਕਾਲ ਸੀ, ਪਰ 11 ਵੱਜਣ ਦੇ ਵਿੱਚ ਕੁਝ ਸਮਾਂ ਰਹਿੰਦਿਆਂ ਹੀ ਪੁਲਿਸ ਦੇ ਵੱਲੋਂ ਗੋਲੇ ਦਾਗੇ ਗਏ, ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਵੀ ਹੋਏ। ਤਾਂ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਇੱਥੇ, ਜਿਹੜੇ ਜ਼ਿਆਦਾ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਪੁਲਿਸ ਪਿੱਛੇ ਨਹੀਂ ਹਟ ਰਹੀ। ਵਾਰ ਵਾਰ ਪੁਲਿਸ ਰਿਪੀਟ ਕਰ ਰਹੀ ਆ, ਪੁਲਿਸ ਉਹੀ ਚੀਜ਼ਾਂ ਰਿਪੀਟ ਕਰ ਰਹੀ ਆ ਜਿਸ 'ਤੇ ਕਿਸਾਨਾਂ ਨੂੰ ਇਤਰਾਜ਼ ਆ ਕੇ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਤੁਸੀਂ ਲਗਾਤਾਰ ਹਮਲਾਵਰ ਕਿਉਂ, ਜਦਕਿ ਕਿਸਾਨਾਂ ਦੀ ਕਾਲ ਸੀ 11 ਵਜੇ ਦਿੱਲੀ ਕੂਚ ਦੀ, ਪਰ ਇਹੋ ਜਿਹੀ ਕੋਈ ਐਕਟੀਵਿਟੀ ਕਿਸਾਨਾਂ ਵੱਲੋਂ ਨਹੀਂ ਸੀ ਕੀਤੀ ਗਈ ਕਿ ਉਹ ਬੈਰੀਕੇਡਾਂ ਦੇ ਵੱਲ ਵਧਣ। ਪਰ 11 ਵਜੇ ਦੇ ਵਿੱਚ ਕੁਝ ਸਮਾਂ ਰਹਿੰਦਿਆਂ ਹੀ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਗੋਲੇ ਸੁੱਟੇ ਗਏ। ਹੁਣ ਹਰ ਅੱਧੇ ਘੰਟੇ ਬਾਅਦ ਲਗਾਤਾਰ ਗੋਲੇ ਸੁੱਟੇ ਜਾਂਦੇ ਨੇ, ਤਾਂ ਵਾਰੀ ਵਾਰੀ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਲਿਆਂਦਾ ਜਾਂਦਾ। ਕਰੀਬ 200-300 ਮੀਟਰ ਜਿਹੜਾ ਡਰੋਨ ਆ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ, ਗੋਲੇ ਸੁੱਟ ਕੇ ਗਿਆ। ਜਿੱਥੇ ਕਿਸਾਨਾਂ ਦੀ ਸਟੇਜ ਲੱਗੀ ਸੀ ਉੱਥੇ ਗੋਲੇ ਸੁੱਟੇ ਜਾ ਰਹੇ ਨੇ, ਅਤੇ ਜਿੱਥੇ ਫਸਟ ਏਡ ਦੀ ਜਿਹੜੀ ਸਹੂਲਤ ਸੀ ਉੱਥੇ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ, ਹਾਲਾਂਕਿ ਉੱਥੇ ਜ਼ਖਮੀਆਂ ਦਾ ਹੀ ਇਲਾਜ ਚੱਲ ਰਿਹਾ। ਤਾਂ ਬਿਲਕੁਲ ਇੱਕ ਵਾਰ ਫਿਰ ਹਰਿਆਣਾ ਪੁਲਿਸ ਬੜੀ ਬੇਰਹਿਮੀ ਦੇ ਨਾਲ ਕਿਸਾਨਾਂ 'ਤੇ ਹਮਲਾਵਰ ਹੋਈ ਆ, ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਲਗਾਤਾਰ। ਉਹ ਵੀ ਉਦੋਂ ਜਦੋਂ ਕਿਸਾਨ ਸ਼ਾਂਤ ਬੈਠੇ ਹੋਏ ਨੇ, ਕੋਈ ਐਕਟੀਵਿਟੀ ਕਿਸਾਨਾਂ ਦੇ ਵੱਲੋਂ ਇਹੋ ਜਿਹੀ ਨਹੀਂ ਕੀਤੀ ਗਈ। ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਸ਼ਾਂਤ ਬੈਠੇ ਹਾਂ,
ਪਰ ਜਦੋਂ ਸਾਨੂੰ ਸਾਡੇ ਕਿਸਾਨ ਆਗੂ ਹੁਕਮ ਦੇਣਗੇ ਤਾਂ ਅਸੀਂ ਅੱਗੇ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਪਰ ਦੂਜੇ ਪਾਸੇ ਇੱਕ ਪਾਸੇ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਲਗਾਤਾਰ ਦੇ ਰਹੀ ਆ, ਲਗਾਤਾਰ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਦੇ ਰਹੀ ਆ ਕਿਸਾਨਾਂ ਨੂੰ ਕਿ ਮੀਟਿੰਗ ਕਰੋ, ਗੱਲਬਾਤ ਕਰੋ, ਗੱਲ ਨਹੀਂ ਰੁਕਣੀ ਚਾਹੀਦੀ, ਗੱਲ ਨਹੀਂ ਰੁਕਣੀ ਚਾਹੀਦੀ। ਪਰ ਦੂਜੇ ਪਾਸੇ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਲਗਾਤਾਰ ਅਰਸ਼ ਦਿਖਾਓ, ਕਿਸ ਤਰ੍ਹਾਂ ਹਰਿਆਣਾ ਪੁਲਿਸ ਸ਼ਾਂਤਮਈ ਬੈਠੇ ਕਿਸਾਨਾਂ 'ਤੇ, ਉੱਧਰ ਦਿਖਾਓ ਅਰਸ਼ ਜਰਾ, ਕਿਸ ਤਰ੍ਹਾਂ ਲਗਾਤਾਰ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਹਮਲਾਵਰ ਹੋਈ ਆ ਪੁਲਿਸ। ਬਿਲਕੁਲ ਇੱਕ ਪਾਸੇ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਫੋਰਸ ਨੂੰ ਨਹੀਂ ਰੋਕਿਆ ਜਾ ਰਿਹਾ ਕਿ ਤੁਸੀਂ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਹਮਲਾਵਰ ਕਿਉਂ ਹੋ, ਜਦਕਿ ਕਿਸਾਨ ਆਗੂ ਲਗਾਤਾਰ ਇਹੀ ਗੱਲ ਕਰ ਰਹੇ ਨੇ, ਵਾਰ ਵਾਰ ਇੱਕੋ ਗੱਲ ਆਖ ਰਹੇ ਨੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਸ਼ਾਂਤਮਈ ਰੱਖਣਾ, ਆਪਣੇ ਪ੍ਰੋਟੈਸਟ ਨੂੰ ਅਸੀਂ ਸ਼ਾਂਤਮਈ ਰੱਖਣਾ, ਲਗਾਤਾਰ ਇਹ ਕਾਲ ਦੇ ਰਹੇ ਨੇ ਕਿਸਾਨ ਆਗੂ। ਤੁਸੀਂ ਦੇਖ ਰਹੇ ਹੋ ਇੱਕ ਵਾਰ ਫਿਰ ਹਰਿਆਣਾ ਪੁਲਿਸ ਬੇਰਹਿਮ ਹੋਈ ਆ, ਫੋਰਸ ਦੇ ਵੱਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ। ਇੱਕ ਪਾਸੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ, ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ, ਜਦੋਂ ਤੋਂ ਮੀਟਿੰਗ ਦਾ ਸੱਦਾ ਆ ਉਸ ਤੋਂ ਬਾਅਦ ਕਿਸਾਨਾਂ ਦੀ ਆਪਣੀ ਮੀਟਿੰਗ ਚੱਲ ਰਹੀ ਆ, ਅਤੇ ਦੂਜੇ ਪਾਸੇ ਪੁਲਿਸ ਲਗਾਤਾਰ ਗੋਲੇ ਦਾਗ ਰਹੀ ਆ ਸ਼ਾਂਤ ਬੈਠੇ ਕਿਸਾਨਾਂ 'ਤੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਬੈਠੇ ਨੇ ਇੱਧਰ ਖੇਤਾਂ ਦੇ ਵਿੱਚ, ਸੜਕ 'ਤੇ, ਹਰ ਥਾਂ 'ਤੇ ਕਿਸਾਨ ਸ਼ਾਂਤ ਬੈਠੇ ਨੇ। ਤਾਂ ਡਰੋਨ ਵੀ ਇੱਕ ਵਾਰ ਫਿਰ ਉਡਾਇਆ ਗਿਆ, ਤਾਂ ਇੱਕ ਵਾਰ ਫਿਰ ਡਰੋਨ ਪੰਜਾਬ ਦੀ ਹੱਦ ਦੇ ਵਿੱਚ, ਜਿਸ ਦਾ ਜ਼ਿਕਰ ਵਾਰ ਵਾਰ ਹੋ ਰਿਹਾ, ਡਰੋਨ ਇੱਕ ਵਾਰ ਫਿਰ ਜਾ ਰਿਹਾ ਪੰਜਾਬ ਦੀ ਹੱਦ ਦੇ ਵਿੱਚ, ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਫੋਰਸ ਦੇ ਵੱਲੋਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਡਰੋਨ ਵੀ ਗੋਲੇ ਸੁੱਟਦਾ ਹੋਇਆ। ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਸਿੱਟੇ ਜਾ ਰਹੇ ਨੇ, ਡਰੋਨ ਜਿਸ ਦਾ ਵਾਰ ਵਾਰ ਜ਼ਿਕਰ ਹੁੰਦਾ ਕਿ ਪੰਜਾਬ ਦੀ ਹੱਦ ਦੇ ਵਿੱਚ ਕਿਵੇਂ ਆ ਸਕਦਾ, ਜਦਕਿ ਪੰਜਾਬ ਪੁਲਿਸ ਉੱਤੇ ਤਣਾਅ ਤਾ ਸਰਕਾਰ ਨੂੰ ਵੀ ਚਾਹੀਦਾ ਵੀ ਪੰਜਾਬ ਦੀ ਹੱਦ 'ਚ ਡਰੋਨ ਆ ਕੇ ਗੋਲੇ ਸਿੱਟ ਰਿਹਾ ਵਾ, ਇਹ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ। ਦੇਖੋ ਹੁਣ ਤੁਹਾਡੇ ਸਾਹਮਣੇ ਕਿੰਨੇ ਲਗਾਤਾਰ ਡਰੋਨ ਗੋਲੇ ਸਿੱਟਦਾ, ਅਥਰੂ ਗੈਸ ਦੇ ਗੋਲੇ ਐਕਸਪਾਇਰ ਸਿੱਟ ਰਹੇ ਨੇ ਇਹ, ਪਰ ਪੰਜਾਬੀ ਨੇ ਜਿਹੜੇ ਕਿਸਾਨ ਨੇ ਉਹ ਡਰਨੇ ਵਾਲੇ ਹੈ ਨੀਗੇ, ਉਹ ਮੋਰਚਾ ਫਤਿਹ ਕਰਕੇ ਹੀ ਮੁੜਨਗੇ। ਭਾਈ ਹੁਣ ਤਾਂ ਕਿਸਾਨ ਸ਼ਾਂਤਮਈ ਬੈਠੇ ਹੋਏ ਨੇ। ਉਹ ਵੀਰੇ ਇਹੀ ਤਾਂ ਗੱਲ ਆ ਨਾ, ਕਿਸਾਨ ਸਾਰੇ ਸ਼ਾਂਤਮਈ ਬੈਠੇ, ਜਿੰਨਾ ਚਿਕਰ ਹਜੇ ਸਾਡੇ ਕਿਸਾਨ ਆਗੂਆਂ ਦੀ ਕਾਲ ਨਹੀਂ ਆਉਂਦੀ ਉਨਾ ਚਿਕਰ ਸਾਰੇ ਕਿਸਾਨ ਸ਼ਾਂਤ ਬੈਠੇ ਆ। ਪਰ ਇਹਨਾਂ ਦਾ ਦੇਖ ਲਓ ਸੈਂਟਰ ਸਰਕਾਰ ਦਾ ਸ਼ਾਂਤ ਪਏ ਕਿਸਾਨਾਂ ਦੇ ਉੱਤੇ, ਕਿਵੇਂ ਅਥਰੂ ਗੈਸ ਦੇ ਗੋਲੇ ਸਿੱਟਦੇ ਆ, ਡਰੋਨ ਗੋਲੇ ਸਿੱਟ ਕੇ ਜਾਂਦਾ, ਇਹ ਬਹੁਤ ਗਲਤ ਨੀਤੀਆਂ ਅਪਣਾ ਰਹੇ ਨੇ ਇਹ। ਕੋਈ ਗੱਲ ਨਹੀਂ, ਕਿਸਾਨ ਇਹਦਾ ਵੀ ਜਵਾਬ ਦੇਣਗੇ ਇਹਨਾਂ ਨੂੰ। ਹਾਂ ਬਾਈ, ਇੱਕ ਵਾਰ ਤੁਸੀਂ ਫਿਰ ਸ਼ਾਂਤ ਬੈਠੇ ਸੀ, ਕਿਸਾਨਾਂ ਦੀ ਮੀਟਿੰਗ ਚੱਲ ਰਹੀ ਆ, ਤਾਂ ਲਗਾਤਾਰ ਉਧਰੋਂ ਆ ਕੇ ਗੋਲੇ ਸੁੱਟ ਰਹੇ ਨੇ, ਕੀ ਕਹਿਣਾ ਚਾਹੋਗੇ? ਵੀਰੇ ਇਹ ਬਹੁਤ ਧੱਕਾ ਕਰ ਰਹੇ ਨੇ ਜਿਹੜੇ ਉਧਰੋਂ ਗੋਲੇ ਸੁੱਟ ਰਹੇ ਨੇ, ਕਿਉਂਕਿ ਇੱਧਰ ਕਿਸਾਨ ਤਾਂ ਬਿਲਕੁਲ ਸ਼ਾਂਤ ਬੈਠੇ ਨੇ, ਕੋਈ ਜਵਾਬੀ ਫਾਇਰਿੰਗ ਨਹੀਂ, ਕੋਈ ਕੁਛ ਨਹੀਂ। ਇਹਨਾਂ ਨੂੰ ਪਤਾ ਨਹੀਂ 10-15 ਮਿੰਟਾਂ ਬਾਅਦ ਫਿਰ ਚੱਕ ਕੇ ਗੋਲੇ ਸਿੱਟਣ ਲੱਗ ਜਾਂਦੇ ਨੇ ਉਧਰ। ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਹਰ ਅੱਧੇ ਦੇ ਘੰਟੇ ਬਾਅਦ ਪੁਲਿਸ ਲਗਾਤਾਰ ਗੋਲੇ ਸੁੱਟ ਰਹੀ ਆ, ਲਗਾਤਾਰ 15-20 ਗੋਲੇ ਸੁੱਟੇ ਜਾਂਦੇ ਨੇ, ਫਿਰ ਸ਼ਾਂਤ ਹੋ ਜਾਂਦੇ ਨੇ, ਜਦਕਿ ਹਾਲੇ ਤੱਕ ਇੱਕ ਵੀ ਐਕਟੀਵਿਟੀ ਕਿਸਾਨਾਂ ਦੇ ਵੱਲੋਂ ਇਹੋ ਜਿਹੀ ਨਹੀਂ ਹੋਈ ਕਿ ਉਹ ਬੈਰੀਕੇਡਾਂ ਵੱਲ ਵਧਣ। ਹਾਲਾਂਕਿ ਅੱਜ ਸਵੇਰੇ 11 ਵਜੇ ਅੱਗੇ ਵਧਣ ਦੀ ਦਿੱਲੀ ਕੂਚ ਦੀ ਕਾਲ ਸੀ, ਪਰ 11 ਵੱਜਣ ਦੇ ਵਿੱਚ ਕੁਝ ਸਮਾਂ ਰਹਿੰਦੇ ਹੀ ਪੁਲਿਸ ਦੇ ਵੱਲੋਂ ਗੋਲੇ ਦਾਗੇ ਗਏ, ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਵੀ ਹੋਏ। ਤਾਂ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਇੱਥੇ,
ਜਿਹੜੇ ਜ਼ਿਆਦਾ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਪੁਲਿਸ ਪਿੱਛੇ ਨਹੀਂ ਹਟ ਰਹੀ। ਵਾਰ ਵਾਰ ਪੁਲਿਸ ਰਿਪੀਟ ਕਰ ਰਹੀ ਆ, ਪੁਲਿਸ ਉਹੀ ਚੀਜ਼ਾਂ ਰਿਪੀਟ ਕਰ ਰਹੀ ਆ ਜਿਸ 'ਤੇ ਕਿਸਾਨਾਂ ਨੂੰ ਇਤਰਾਜ਼ ਆ ਕਿ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਤੁਸੀਂ ਲਗਾਤਾਰ ਹਮਲਾਵਰ ਕਿਉਂ, ਜਦਕਿ ਕਿਸਾਨਾਂ ਦੀ ਕਾਲ ਸੀ 11 ਵਜੇ ਦਿੱਲੀ ਕੂਚ ਦੀ। ਪਰ ਇਹੋ ਜਿਹੀ ਕੋਈ ਐਕਟੀਵਿਟੀ ਕਿਸਾਨਾਂ ਵੱਲੋਂ ਨਹੀਂ ਸੀ ਕੀਤੀ ਗਈ ਕਿ ਉਹ ਬੈਰੀਕੇਡਾਂ ਦੇ ਵੱਲ ਵਧਣ, ਪਰ 11 ਵਜਣ ਦੇ ਵਿੱਚ ਕੁਝ ਸਮਾਂ ਰਹਿੰਦਿਆਂ ਹੀ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਗੋਲੇ ਸੁੱਟੇ ਗਏ। ਹੁਣ ਹਰ ਅੱਧੇ ਘੰਟੇ ਬਾਅਦ ਲਗਾਤਾਰ ਗੋਲੇ ਸੁੱਟੇ ਜਾਂਦੇ ਨੇ, ਤਾਂ ਵਾਰੀ ਵਾਰੀ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਲਿਆਂਦਾ ਜਾਂਦਾ। ਕਰੀਬ 200-300 ਮੀਟਰ ਜਿਹੜਾ ਡਰੋਨ ਆ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ, ਗੋਲੇ ਸੁੱਟ ਕੇ ਗਿਆ। ਜਿੱਥੇ ਕਿਸਾਨਾਂ ਦੀ ਸਟੇਜ ਲੱਗੀ ਸੀ ਉੱਥੇ ਗੋਲੇ ਸੁੱਟੇ ਜਾ ਰਹੇ ਨੇ, ਅਤੇ ਜਿੱਥੇ ਫਸਟ ਏਡ ਦੀ ਜਿਹੜੀ ਸਹੂਲਤ ਸੀ ਉੱਥੇ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ, ਹਾਲਾਂਕਿ ਉੱਥੇ ਜ਼ਖਮੀਆਂ ਦਾ ਹੀ ਇਲਾਜ ਚੱਲ ਰਿਹਾ। ਤਾਂ ਬਿਲਕੁਲ ਇੱਕ ਵਾਰ ਫਿਰ ਹਰਿਆਣਾ ਪੁਲਿਸ ਬੜੀ ਬੇਰਹਿਮੀ ਦੇ ਨਾਲ ਕਿਸਾਨਾਂ 'ਤੇ ਹਮਲਾਵਰ ਹੋਈ ਆ, ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਲਗਾਤਾਰ। ਉਹ ਵੀ ਉਦੋਂ ਜਦੋਂ ਕਿਸਾਨ ਸ਼ਾਂਤ ਬੈਠੇ ਹੋਏ ਨੇ, ਕੋਈ ਐਕਟੀਵਿਟੀ ਕਿਸਾਨਾਂ ਦੇ ਵੱਲੋਂ ਇਹੋ ਜਿਹੀ ਨਹੀਂ ਕੀਤੀ ਗਈ। ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਸ਼ਾਂਤ ਬੈਠੇ ਹਾਂ, ਪਰ ਜਦੋਂ ਸਾਨੂੰ ਸਾਡੇ ਕਿਸਾਨ ਆਗੂ ਹੁਕਮ ਦੇਣਗੇ ਤਾਂ ਅਸੀਂ ਅੱਗੇ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਪਰ ਦੂਜੇ ਪਾਸੇ ਇੱਕ ਪਾਸੇ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਲਗਾਤਾਰ ਦੇ ਰਹੀ ਆ, ਲਗਾਤਾਰ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਦੇ ਰਹੀ ਆ ਕਿਸਾਨਾਂ ਨੂੰ ਕਿ ਮੀਟਿੰਗ ਕਰੋ, ਗੱਲਬਾਤ ਕਰੋ, ਗੱਲ ਨਹੀਂ ਰੁਕਣੀ ਚਾਹੀਦੀ। ਪਰ ਦੂਜੇ ਪਾਸੇ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਲਗਾਤਾਰ ਅਰਸ਼ ਦਿਖਾਓ, ਕਿਸ ਤਰ੍ਹਾਂ ਹਰਿਆਣਾ ਪੁਲਿਸ ਸ਼ਾਂਤਮਈ ਬੈਠੇ ਕਿਸਾਨਾਂ 'ਤੇ, ਉੱਧਰ ਦਿਖਾਓ ਅਰਸ਼ ਜਰਾ, ਕਿਸ ਤਰ੍ਹਾਂ ਲਗਾਤਾਰ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਹਮਲਾਵਰ ਹੋਈ ਆ ਪੁਲਿਸ। ਬਿਲਕੁਲ ਇੱਕ ਪਾਸੇ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਫੋਰਸ ਨੂੰ ਨਹੀਂ ਰੋਕਿਆ ਜਾ ਰਿਹਾ ਕਿ ਤੁਸੀਂ ਸ਼ਾਂਤਮਈ ਬੈਠੇ ਕਿਸਾਨਾਂ 'ਤੇ ਹਮਲਾਵਰ ਕਿਉਂ ਹੋ, ਜਦਕਿ ਕਿਸਾਨ ਆਗੂ ਲਗਾਤਾਰ ਇਹੀ ਗੱਲ ਕਰ ਰਹੇ ਨੇ, ਵਾਰ ਵਾਰ ਇੱਕੋ ਗੱਲ ਆਖ ਰਹੇ ਨੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਅਸੀਂ ਸ਼ਾਂਤਮਈ ਰੱਖਣਾ, ਲਗਾਤਾਰ ਇਹ ਕਾਲ ਦੇ ਰਹੇ ਨੇ ਕਿਸਾਨ ਆਗੂ।